ਜਿੱਥੇ ਆ ਦੇਖੋ ਫਰੋਜ਼ਨ ਰੋਟੀ ਪਰਾਂਠਾ ਵੈਜ ਆਟਾ ਮੈਗੀ ਇਹ ਹੈਗੀ ਆ 8 ਪੈਕ ਵਾਲੀ ਯਾਰ ਹੁਣ ਪੰਜਾਬੀਆਂ ਨੇ ਕਿਹੜੇ ਸਮੋਸੇ ਵਿਖਣ ਇਹ ਸਮੋਸਾ ਹੈਗਾ ਇੱਥੇ $3 ਦਾ ਚਵਨ ਪ੍ਰਾਸ਼ ਬੋਨਵੀਟਾ ਤੇ ਇਧਰਾ ਪੈਰਾਸ਼ੂਟ $12.5 ਦਾ ਐਂਟੀਸੈਪਟਿਕ ਕਰੀਮ ਬੋਰਾ ਪਲੱਸ ਇਹ ਸਾਰਾ ਬਿੱਲ ਹੈ ਜੀ ਜਿਹੜਾ ਆਪਾਂ ਇੰਡੀਅਨ ਗਰੋਸਰੀ ਸਟੋਰ ਤੋਂ ਸਮਾਨ ਲੈ ਕੇ ਆਏ ਹਾਂ ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਸਾਰੇ ਸੋ ਅੱਜ ਅਸੀਂ ਚੱਲਦੇ ਹਾਂ ਜੀ ਇੰਡੀਅਨ ਸ਼ੋਪ 'ਤੇ ਗਰੋਸਰੀ ਕਰਨ ਵਾਸਤੇ ਨਾਲੇ ਇੱਕ ਫੈਨ ਬਾਈਕ ਕਰਕੇ ਲਿਆਉਣਾ ਵਾ ਵੈਲਕਮ ਬੈਠ ਜਾਂ ਗਾਇਸ ਐਵਰੀ ਐਂਡ ਸੋ ਸਿਡਨੀ ਦੇ ਵਿੱਚ ਸਡਨਲੀ ਗਰਮੀ ਹੋ ਗਈ ਜੀ 2 ਦਿਨ ਹੋ ਗਏ ਇੰਨੀ ਕੁ ਜ਼ਿਆਦਾ ਗਰਮੀ ਪੈ ਰਹੀ ਹੈ ਅਤੇ ਕੱਲ੍ਹ ਰਾਤੀ ਮੈਂ ਇਹ ਜਿਹੜਾ ਹੀਟਰ ਆ ਇਹਦਾ ਫੈਨ ਔਨ ਕਰਕੇ ਸੁੱਤਾ ਇਹ ਜਿਹੜਾ ਕੂਲਰ ਆ ਮਿੰਨੀ ਕੂਲਰ ਇਹ ਤਾਂ ਖਰਾਬ ਆ ਯਾਰ ਇਹ ਚੱਲ ਹੀ ਨਹੀਂ ਰਿਹਾ ਔਨ ਹੀ ਨਹੀਂ ਹੋ ਰਿਹਾ ਪਤਾ ਨਹੀਂ ਕੀ ਹੋ ਗਿਆ ਇਹਨੂੰ ਕੱਲ੍ਹ ਰਾਤ ਤਾਂ ਬਹੁਤ ਜ਼ਿਆਦਾ ਗਰਮੀ ਹੋ ਗਈ ਫਿਰ ਆ ਹੀਟਰ ਦਾ ਫੈਨ ਔਨ ਕਰਕੇ ਸੁੱਤਾ ਮੈਂ ਅਤੇ ਅੱਜ ਆਪਾਂ ਇੱਕ ਫੈਨ ਬਾਏ ਕਰਕੇ ਲਿਆਵਾਂਗੇ ਅਤੇ ਨਾਲੇ ਆਪਾਂ ਇੰਡੀਅਨ ਸ਼ੋਪ ਚੱਲਾਂਗੇ ਥੋੜ੍ਹੀ ਜਿਹੀ ਗਰੋਸਰੀ ਉੱਥੋਂ ਕਰਨੀ ਆ ਅਤੇ ਥੋੜ੍ਹੀ ਜਿਹੀ ਆਪਾਂ ਕਰਾਂਗੇ ਕੋਲਸ ਤੋਂ ਕਾਫੀ ਸਾਰੇ ਕਮੈਂਟਸ ਆ ਰਹੇ ਕਿ ਵੀਰੇ ਇੰਡੀਅਨ ਸ਼ੋਪ ਦਾ ਵਲੋਗ ਬਣਾਓ ਸੋ ਅੱਜ ਆਪਾਂ ਇੰਡੀਅਨ ਸ਼ੋਪ 'ਤੇ ਵੀ ਜਾਵਾਂਗੇ ਫੈਨ ਵੀ ਬਾਏ ਕਰਕੇ ਲਿਆਉਣਾ ਵਾ ਅਤੇ ਬਾਕੀ ਗਰੋਸਰੀ ਵੀ ਕਰਨੀ ਆ ਸੋ ਵਲੋਗ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਰੈਡੀ ਸ਼ੈਡੀ ਹੋ ਗਏ ਆ ਅਤੇ ਹੁਣ ਨਾਸ਼ਤਾ ਕਰਦੇ ਹਾਂ ਅਤੇ ਫਿਰ ਨਿਕਲਦੇ ਹਾਂ ਗਰੋਸਰੀ ਕਰਨ ਤੇ ਗਾਇਸ ਪਹੁੰਚ ਚੁੱਕੇ ਜੀ ਆਪਾਂ ਗਰੋਸਰੀ ਸ਼ੋਪ ਤੇ ਤੇ ਚਲੋ ਹੁਣ ਚੱਲਦੇ ਆ ਅੰਦਰ ਦੁਕਾਨ ਦੇ ਤੁਹਾਨੂੰ ਦਿਖਾਉਂਦੇ ਆ ਜੀ ਇੰਡੀਅਨ ਗਰੋਸਰੀ ਸ਼ੋਪ ਇੱਧਰ ਇੰਡੀਅਨ ਵੀ ਦੁਕਾਨਾਂ ਹੈਗੀਆਂ ਨੇ ਤੇ ਅੱਗੇ ਨੇਪਾਲੀ ਦੁਕਾਨਾਂ ਵੀ ਹੈਗੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਆ ਦੇਖੋ ਰੋਕਿੰਗ ਨੇਪਾਲ ਢਾਕਾ ਤੇ ਇਹ ਹੈਗੀ ਜੀ ਸ਼ਰਮਾ ਵੀਡੀਓ ਐਂਡ ਸਪਾਈਸਿਸ ਇੰਡੀਆ ਪਾਕਿਸਤਾਨ ਫਿਜੀਅਨ ਬਾਂਗਲਾ ਨੇਪਾਲ ਗਰੋਸਰੀਸ ਤੇ ਹੁਣ ਆ ਗਏ ਜੀ ਆਪਾਂ ਦੁਕਾਨ ਦੇ ਅੰਦਰ ਆ ਦੁਕਾਨ ਦੇ ਅੰਦਰ ਵੜਦੇ ਹੀ ਵਾਈਬ ਵੀ ਚੇਂਜ ਹੋ ਗਈ ਦੇਖਿਆ ਇੰਡੀਅਨ ਵਾਈਬ ਹੋਣ ਲੱਗ ਪਈ ਆ ਦੇਖਿਓ ਇੱਧਰ ਸਾਰੇ ਪਰਫਿਊਮ ਡੈਨਮਰ ਹੋ ਗਿਆ ਹਲਦੀਰਾਮ ਵਾਈਟ ਰਸਗੁੱਲਾ ਹਿਮਾਲਿਆ ਦੇ ਪ੍ਰੋਡਕਟ ਹੋ ਗਏ ਇੱਧਰ ਵੀਕੋ ਵਜਰ ਦੰਦ ਦੇਖੋ ਵੀਕੋ ਮੈਂ ਦੰਦਾਂ ਨਹੀਂ ਲੈਣਾ ਤੇ ਤੁਸੀਂ ਇਦਾਂ ਕਰੋ ਬੋਰਾ ਪਲੱਸ ਸਕਿਨ ਲਈ ਤੇ ਲਾਉਣ ਨੂੰ ਆਯੁਰਵੈਦਿਕ ਐਂਟੀਸੈਪਟਿਕ ਕਰੀਮ ਬੋਰਾ ਪਲੱਸ ਇੱਥੇ ਟੂਥਪੇਸਟ ਵੀ ਸਾਰੇ ਮਿਲਦੇ ਪੈਪਸੋਡੈਂਟ ਹੋ ਗਈ ਦੰਤ ਕਾਂਤੀ ਵੀਕੋ ਨੀਮ ਆ ਡੱਬ ਰੈਡ ਇੰਡੀਆ ਮੈਂ ਆਹ ਵਾਲੀ ਪੇਸਟ ਯੂਜ਼ ਕਰਦਾ ਡੱਬ ਰੈਡ ਇੱਥੇ ਤਾਂ ਆਪਾਂ ਯੂਜ਼ ਕਰ ਰਹੇ ਹਾਂ ਓਰਲ ਵੀ ਅਤੇ ਇੱਧਰ ਆ ਪੈਰਾਸ਼ੂਟ $12.5 ਦਾ ਇੱਧਰ ਆ ਸਾਰੀ ਸੌਂਫ ਈਨੋ ਹਾਜਮੋਲਾ ਇੱਧਰ ਚਵਨ ਪ੍ਰਾਸ਼ ਬੋਨਵੀਟਾ ਸਰੋਂ ਦੇ ਤੇਲ ਇੱਧਰ ਆ ਸਾਰਾ ਹਲਦੀਰਾਮ ਦਾ ਸੈਕਸ਼ਨ ਆ ਸਾਰੀਆਂ ਇੱਥੇ ਨਮਕੀਨਾਂ ਮੂੰਗ ਦਾਲ ਹਾਂ ਦੇਖਿਓ ਮੇਰਾ ਤਾਂ ਇਹਨਾਂ ਸਾਰਿਆਂ 'ਚ ਫੇਵਰੇਟ ਹੈਗਾ ਵਾ ਆਲੂ ਭੁਜੀਆ ਅਤੇ ਇੱਧਰ ਸਟੀਲ ਦੇ ਭਾਂਡੇ ਭਾਂਡੇ ਕਲੀ ਕਰਾ ਲਓ ਭਾਂਡੇ ਕਲੀ ਕਰਾ ਇੱਧਰ ਸਾਰੇ ਹੈਗੇ ਆ ਰਾਈਸ ਇੰਡੀਆ ਗੇਟ ਬਾਸਮਤੀ ਰਾਈਸ ਤਾਜ ਮਤਲਬ ਕਿ ਜੋ ਸਮਾਨ ਇੰਡੀਆ ਦੇ ਕਰਿਆਨੇ ਸਟੋਰ ਤੋਂ ਮਿਲਦਾ ਉਹ ਸਾਰਾ ਇੱਥੇ ਮਿਲੂਗਾ A to Z ਸਮਾਨ ਪ੍ਰਾਈਜ਼ ਆਪਾਂ ਸਾਰਿਆਂ ਨਹੀਂ ਦੱਸ ਸਕਦੇ ਸੋ ਤੁਹਾਨੂੰ ਬਸ ਸਮਾਨ ਦਿਖਾ ਆ ਦੇਖੋ ਪਲਸ ਟਾਟਾ ਸੋਲਟ ਟਾਟਾ ਨਮਕ ਦੇਸ਼ ਕਾ ਨਮਕ ਐਵੇਂ ਐਡ ਹੁੰਦੀ ਹੁੰਦੀ ਨਾ ਇੱਧਰ ਆ ਦਲੀਆ ਅਤੇ ਇੱਧਰ ਆ ਫਰੋਜ਼ਨ ਆਈਟਮਸ ਵੀ ਹੈਗੀਆਂ ਨੇ ਇੱਥੇ ਆ ਪਾਣੀਪੁਰੀ ਆਪਾਂ 2 ਪੈਕਟ ਅਰਬੀ ਦੇ ਲੈ ਕੇ ਜਾਵਾਂਗੇ ਫਰੋਜ਼ਨ ਭਿੰਡੀਆਂ ਫਰੈਸ਼ ਵੀ ਪਈਆਂ ਹੋਗੀਆਂ ਉਹਦੇ ਆਹ ਦੇਖੋ ਜੇ ਤੁਸੀਂ ਕਹਿੰਦੇ ਪਰਾਂਠੇ ਪਰੂੰਠੇ ਖਾਣੇ ਆ ਜਿੱਥੇ ਆ ਦੇਖੋ ਫਰੋਜ਼ਨ ਰੋਟੀ ਪਰਾਂਠਾ ਇੱਧਰ ਆ ਕਾਫੀ ਤਰ੍ਹਾਂ ਦੇ ਪਰਾਂਠੇ ਵੀ ਹੈਗੇ ਆ ਕਿ ਜੇ ਤੁਸੀਂ ਘਰ ਆ ਕੇ ਰੋਟੀ ਨਹੀਂ ਬਣਾਉਣੀ ਤਾਂ ਤੁਸੀਂ ਇਹ ਲੈ ਕੇ ਜਾ ਕੇ ਗਰਮ ਕਰ ਲਓ ਇੱਥੇ ਫਰੋਜ਼ਨ ਪਰੌਂਠੇ ਵੀ ਮਿਲਦੇ ਆ ਰੋਟੀਆਂ ਵੀ ਮਿਲਦੀਆਂ ਵਾ ਆ ਤੁਸੀਂ ਦੇਖ ਸਕਦੇ ਇੱਧਰ ਹੋਰ ਆ ਸਭ ਚਿਕਨ ਵਗੈਰਾ ਜਾਂ ਉੱਪਰ ਸਾਰੀਆਂ ਚੀਜ਼ਾਂ ਹੈਗੀਆਂ ਨੇ ਇੱਥੇ ਫਰੋਜ਼ਨ ਪਰੌਂਠੇ ਤੁਹਾਨੂੰ ਦਿਖਾ ਤੇ ਅਤੇ ਇੱਧਰ ਸਾਰੀਆਂ ਹੈਗੀਆਂ ਨੇ ਆ ਦੇਖੋ ਰੈਡੀ ਟੂ ਕੁੱਕ ਸਬਜ਼ੀਆਂ ਪਾਲਕ ਪਨੀਰ ਹੋ ਗਿਆ ਅਤੇ ਇੱਧਰ ਆ ਜੀ ਸਾਗ ਆਲੂ ਸਾਗ ਆਲੂ ਦਾਲ ਮੱਖਣੀ ਦਾਲ ਮੱਖਣੀ ਸਾਗ ਆਲੂ ਐਂ ਨਹੀਂ ਕਰੀ ਟਰਾਈ ਕੀਤੀ ਯਾਰ ਪਾਲਕ ਪਨੀਰ ਪਨੀਰ ਮੱਖਣੀ ਹੈਦਰਾਬਾਦੀ ਬਿਰਿਆਨੀ ਮਟਰ ਪਨੀਰ ਦਿੱਲੀ ਸਟਾਈਲ ਛੋਲੇ ਇੱਧਰ ਸਾਰੇ ਹੈਗੇ ਆ ਜੀ ਮਸਾਲੇ ਆ ਦੇਖੋ ਦਿੱਲੀ ਚਿਕਨ ਕੜਾਈ ਚਿਕਨ ਚਿਕਨ 65 ਚਿਕਨ ਟਿੱਕਾ ਲੈਮ ਕਰੀ ਆ ਦੇਖਿਓ ਮੇਥੀ ਚਟਨੀ ਫਿਜੀਅਨ ਲੈਮ ਕਰੀ ਮਤਲਬ ਕਿ ਹਰ ਇੱਕ ਤਰ੍ਹਾਂ ਦੇ ਸਪਾਈਸਿਸ ਵੀ ਹੈਗੇ ਆ ਅਤੇ ਜੇ ਤੁਸੀਂ ਰੈਡੀ ਟੂ ਕੁੱਕ ਫੂਡ ਵੀ ਲੈਣਾ ਚਾਹੁੰਦੇ ਉਹ ਵੀ ਇੱਥੇ ਹੈਗੇ ਹਲਦੀਰਾਮ ਦੇ ਸ਼ੱਕਰ ਦੇ ਸ਼ਕੀਨ ਇੱਧਰ ਸਾਰਾ ਗੁੜ ਸ਼ੱਕਰ
ਤੇ ਇਧਰ ਆ ਦਵੀ ਕੈਨ ਵੀ ਮਿਲਦੇ ਆ ਸਾਗ ਦੇਖੋ ਸਰਸੋਂ ਦਾ ਸਾਗ ਆ ਦੇਖ ਸੋਇਆ ਚਾਂ ਵੀ ਹੈਗੀ ਇੱਥੇ ਤੇ ਇਧਰ ਆ ਅਲਫੋਨਜ਼ੋ ਮੈਂਗੋ ਪਲ ਕੇਸਰ ਮੈਂਗੋ ਪਲ ਇਧਰ ਵੀ ਸਮਾਨ ਆ ਇਧਰ ਆ ਸਾਰਾ ਦਿਖਾ ਤਾ ਆ ਦੇਖੋ ਆ ਸਭ ਇੰਡੀਆ ਸਮਾਨ ਆ ਦੇਖੇ ਦਿਖਾਉਂਦੇ ਜੀ ਆਹ ਵਾਲਾ ਸੈਕਸ਼ਨ ਆ ਦੇਖੋ ਇੱਧਰ ਵੀ ਹਲਦੀਰਾਮ ਬੂੰਦੀ ਮਸਾਲਾ ਆਪਣੀ ਬੂੰਦੀ ਖਤਮ ਹੋ ਜਾਏ ਪਹਿਲਾਂ ਗਰਾਣੀ ਦਹੀਂ ਪਕਾਉਣ ਵਾਸਤੇ ਇੱਧਰ ਸਾਰੀਆਂ ਸੋਸਿਜ ਵਗੈਰਾ ਵਾ ਕਰੀ ਮਿਕਸ ਆਹ ਪੇਸਟ ਕਹਿੰਦੇ ਸੀ ਤੁਸੀਂ ਜਿੰਜਰ ਗਾਰਲਿਕ ਦੀ ਯੈਸ ਅਤੇ ਇੱਧਰ ਸਾਰੇ ਐਮ ਡੀ ਐਚ ਦੇ ਮਸਾਲੇ ਐਮ ਡੀ ਐਚ ਦੇਗੀ ਮਿਰਚ ਕਾ ਤੜਕਾ ਅੰਗ ਅੰਗ ਫੜਕਾ ਇੱਦਾਂ ਹੀ ਐਡਾ ਹੁੰਦੀ ਹੁੰਦੀ ਹੈ ਨਾ ਇੱਧਰ ਹੈਗੇ ਆ ਜੀ ਸਾਰੇ ਸਪਾਈਸਿਸ ਆ ਦੇਖ ਐਵਰੈਸਟ ਦੇ ਵੀ ਹੈਗੇ ਆ ਅਤੇ ਐਮ ਡੀ ਐਚ ਦੇ ਵੀ ਸਾਰੇ ਏ ਟੂ ਜੈਡ ਓ ਮਾਈ ਗੋਡ ਆਹ ਚੈੱਕ ਕਰੋ ਰੂਹ ਅਫਜ਼ਾ ਇੱਧਰ ਹੈਗਾ ਜੀ ਰੂਹ ਅਫਜ਼ਾ ਓਏ ਹੋਏ ਰੂਹ ਅਫਜ਼ਾ ਦੇ ਗਰਮੀਆਂ ਦੀ ਫੇਵਰੇਟ ਚੀਜ਼ ਗਰਮੀਆਂ ਦਾ ਤੋਹਫਾ ਤੇ ਛੋਟਾ ਟੈਂਗ ਟੈਂਗ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਖਾਣ ਵਾਲੇ ਨੂਡਲਸ ਮੈਗੀ ਮੈਗੀ ਵੀ ਇੱਥੇ ਮਿਲਦੀ ਹੈ ਜੀ ਆਹ ਦੇਖੋ ਇਹ ਹੈਗੀ ਆ 8 ਪੈਕ ਵਾਲੀ ਇਹ ਹੈਗੀ ਆ ਵੈਜ ਆਟਾ ਮੈਗੀ ਇੱਧਰ ਆ ਦੇਖੋ ਮੈਗੀ ਦੇ ਹੋਰ ਵੀ ਜਿਹੜੇ ਪ੍ਰੋਡਕਟਸ ਆ ਆਹ ਚਿਕਨ ਮੈਗੀ ਵਾਹ ਕਿਆ ਬਾਤ ਆ ਇੱਥੇ ਮੈਗੀ ਦੇ ਵੀ ਕਾਫੀ ਫਲੇਵਰ ਆ ਆਹ ਦੇਖੋ ਸਮਿਥ ਐਂਡ ਜੋਨਸ ਦੀ ਉੱਪਰ ਆ ਜਿਹੜੇ ਚਿੰਗਸ ਸੀਕਰੇਟ ਚਲੋ ਮੈਗੀ ਖਾਂਦੇ ਚਲੋ ਹੁਣ ਆਪਾਂ ਆਏ ਜੀ ਇੱਧਰ ਦਾਲਾਂ ਵਾਲੇ ਸੈਕਸ਼ਨ 'ਚ ਇੱਧਰ ਸਾਰੀਆਂ ਦਾਲਾਂ ਹੈਗੀਆਂ ਨੇ ਆਹ ਦੇਖੋ ਇਹ ਹੈਗੀ ਆ ਛੋਲਿਆਂ ਦੀ ਦਾਲ ਇਹ ਤੂਰ ਦਾਲ ਮੂੰਗ ਦਾਲ ਇੱਥੇ ਆ ਦੇਖੋ ਪੀਨਟਸ ਵੀ ਹੈਗੇ ਆ ਰੋ ਪੀਨਟਸ ਏਰੀਅਲ ਏਰੀਅਲ ਸਰਫ ਵਿਮ ਇੱਧਰ ਸਾਰੇ ਸਪਾਈਸਿਸ ਆ ਪਤਾ ਨਹੀਂ ਕਿਹੜੇ ਕਿਹੜੇ ਆਮਚੂਰ ਪਾਊਡਰ ਹੋ ਗਿਆ ਕੋਕਮ ਡਰਾਏ ਦੇਖੀ ਆ ਇਹ ਮਸਟਰਡ ਪਾਊਡਰ ਬਰੂ ਕੌਫੀ ਤਾਜ ਮਹਿਲ ਚਾਹ ਰੈੱਡ ਲੇਬਲ ਕਿਆ ਬਾਤ ਇੱਧਰ ਆ ਬਲੈਕ ਸੋਲਟ ਹਲਦੀ ਮੁਲੱਠੀ ਪਾਊਡਰ ਕਿਆ ਬਾਤ ਹੈ ਮੈਨੂੰ ਤਾਂ ਲੱਗਾ ਸੀ ਯਾਰ ਬਹੁਤ ਘੱਟ ਆਈਟਮਾਂ ਹੋਣਗੀਆਂ ਇੱਥੇ ਇੱਥੇ ਤਾਂ ਹਰ ਇੱਕ ਆਈਟਮ ਮੈਨੂੰ ਤਾਂ ਐਵੇਂ ਲੱਗ ਰਿਹਾ ਮੈਂ ਜਿਵੇਂ ਇੰਡੀਆ ਦੇ ਕਿਸੇ ਕਰਿਆਨਾ ਸ਼ੋਪ 'ਚ ਘੁੰਮ ਰਿਹਾ ਹੁੰਦਾ ਇੱਧਰ ਸਾਰੇ ਡਿਸਪੋਜ਼ੇਬਲ ਆਟਾ ਚੱਕੀ ਆਟਾ ਇੱਧਰ ਸਾਰੇ ਹੈਗੇ ਆ ਨਟਸ ਬਦਾਮ ਮਿਕਸ ਨਟਸ ਪਿਸਤਾ ਹੁਣ ਉਹਨੇ ਆਪਾਂ ਫਰਿੱਜ ਸੈਕਸ਼ਨ 'ਚ ਇਹ ਤਾਂ ਕੋਕੋਕੋਲਾ ਇੱਥੋਂ ਹੀ ਮਿਲਦੀ ਆ ਅਤੇ ਇੰਡੀਆ ਦੇ ਵਿੱਚ ਆਹ ਡਰਿੰਕ ਵੀ ਹੁੰਦੀ ਆ ਕੋਕੋਨਟ ਮਿਲਕ ਵਾਲੀ ਰੀਅਲ ਦੇ ਜੂਸ ਰੀਅਲ ਮੈਂਗੋ ਰੀਅਲ ਗ੍ਰੀਨ ਮੈਂਗੋ ਚੀ ਇਹ ਹੈਗੇ ਆ ਜੀ ਕਾਜੂ ਰੋਲ ਨਾਨਕ ਦੇ ਕਾਜੂ ਰੋਲ ਕਾਫੀ ਸਾਰੀ ਮਿਠਾਈ ਨੇ ਗੁਜੀਆ ਮੋਤੀ ਚੂਰ ਦੇ ਲੱਡੂ ਰਸ ਮਲਾਈ ਗੁਲਾਬ ਜਾਮੁਨ ਉਹ ਦੇਖੋ ਗੁਲਾਬ ਜਾਮੁਨ ਤੇਰਾ ਕਾਜੂ ਕਤਲੀ ਮੇਰੀ ਤਾਂ ਫੇਵਰੇਟ ਆ ਕਾਜੂ ਕਤਲੀ ਅਤੇ ਗੁਲਾਬ ਜਾਮੁਨ ਓਏ ਹਾਏ ਕਿਆ ਬਾਤ ਹੈ ਗਾਜਰ ਦਾ ਹਲਵਾ ਵੀ ਹੈਗਾ ਇੱਧਰ ਅਤੇ ਇੱਧਰ ਸਾਰੀਆਂ ਹੈਗੀਆਂ ਫਰੈਸ਼ ਆਹ ਸਮੋਸਿਆਂ ਦੇ ਸਾਈਜ਼ ਦੇਖਿਓ ਇੱਥੇ ਸਮੋਸਿਆਂ ਦਾ ਸਾਈਜ਼ ਕਿੰਨਾ ਵੱਡਾ ਵਾ ਇੱਧਰ ਸਾਰੀਆਂ ਮਿਠਾਈਆਂ ਜਿਹੜੀਆਂ ਇਹਨਾਂ ਨੇ ਸਮੋਸਾ ਖਾਵਾਂਗੇ ਹੁਣ ਇੱਧਰ ਆਏ ਜੀ ਸਮੋਸਾ ਤਾਂ ਖਾ ਕੇ ਜਾਵਾਂਗੇ ਸਮੋਸੇ ਦਾ ਸਾਈਜ਼ ਦੇਖਿਓ ਇੱਧਰ ਜਲੇਬੀਆਂ ਨੇ ਇੱਧਰ ਸਾਰਾ ਜੋਤ ਵਗੈਰਾ ਦਾ ਸਮਾਨ ਇੰਡੀਅਨ ਸ਼ੋਪ 'ਚ ਆਪਾਂ ਤਾਂ ਗਰੋਸਰੀ ਕਰ ਲਈ ਹੋਈ ਜੀ ਕੁਛ ਚੀਜ਼ ਆਪਾਂ ਇੱਥੋਂ ਇੰਡੀਅਨ ਸ਼ੋਪ 'ਤੇ ਲਈਆਂ ਨੇ ਅਤੇ ਕੁਛ ਆਪਾਂ ਲਵਾਂਗੇ ਕੋਲ 'ਚੋਂ ਅਤੇ ਇੱਧਰ ਆਪਾਂ ਲਏ ਜੀ ਸਮੋਸੇ ਯਾਰ ਹੁਣ ਪੰਜਾਬੀਆਂ ਨੂੰ ਕਿਤੇ ਸਮੋਸੇ ਵਿਖਣ ਯਾਰ ਹੁਣ ਪੰਜਾਬੀਆਂ ਨੂੰ ਕਿਤੇ ਸਮੋਸੇ ਵਿਖਣ ਅਤੇ ਸਮੋਸਾ ਨਾ ਖਾਇਆ ਜਾਵੇ ਇੱਦਾਂ ਹੋ ਸਕਦਾ ਵਾ ਕਦੇ ਵੀ ਨਹੀਂ ਗਗਨ ਵੀਰੇ ਚੱਕੋ ਸਮੋਸੇ ਦਾ ਸਾਈਜ਼ ਦੇਖਿਓ ਤੁਸੀਂ ਗਾਇਸ ਚੈੱਕ ਕਰ ਸਕਦੇ ਆ ਅੱਡਾ ਸਮੋਸਾ ਆ ਦੇਖੋ ਇਹ ਪਰ ਯਾਰ ਇੱਕ ਗਲਤ ਚੀਜ਼ ਆ ਚਟਨੀ ਨਹੀਂ ਦਿੰਦੇ ਉਹ ਮੰਗਣੀ ਚਾਹੀਦੀ ਸੀ ਉਹਨਾਂ ਤੋਂ ਲੈ ਕੇ ਆਈਏ ਦਿੰਦੇ ਆ ਉਹਨਾਂ ਕੇ ਦੇਖਾਂ ਚਲੋ ਚਲੋ ਚੇਅਰਸ ਫਰੈਸ਼ ਨਹੀਂ ਆ ਪਰ ਫਿਰ ਵੀ ਠੀਕ ਆ ਮਤਲਬ ਕਿ ਉਹ ਕਰਾਰਾ ਪਾਉਂਦੇ ਹੈਗਾ ਪਰ ਸਟਿਲ ਵਧੀਆ ਵਾ ਇੰਡੀਅਨ ਸ਼ੋਪ 'ਤੇ ਆ ਕੇ ਜੇ ਸਮੋਸਾ ਨਾ ਖਾਧਾ ਫਿਰ ਇੰਡੀਅਨ ਸ਼ੋਪ 'ਤੇ ਕੀ ਕਰਨਾ ਹੈ ਦੱਸੋ ਕੀ ਖਾਧਾ ਫਿਰ ਕੀ ਖਾਧਾ ਫਿਰ ਪੰਜਾਬੀ ਹੋ ਕੇ ਸਮੋਸਾ ਨਾ ਖਾਧਾ ਕੁਲਚੇ ਤਾਂ ਮਿਲਦੇ ਨਹੀਂ ਆ ਵੀਰੇ ਹੁਣੀ ਸਮੋਸਾ ਇੰਜੋਏ ਕਰ ਰਹੇ ਆ ਪਰ ਯਾਰ ਚਟਨੀ ਨਹੀਂ ਦਿੱਤੀ ਇਹਨਾਂ ਨੇ ਯਾਰ ਆਹ ਬੜੀ ਗਲਤ ਗੱਲ ਆ ਆਹ ਦੇਖਿਓ ਸਮੋਸੇ ਨਾਲ ਮਤਲਬ ਆਸਰਾ ਹੋਊ ਹੋਊਗਾ ਆਸਰਾ ਯਾਰ ਜੇ ਚਟਨੀ ਹੁੰਦੀ ਤਾਂ ਮੈਂ ਮਿੰਟ 'ਚ ਮੰਗਾ ਲੈਣਾ ਸੀ
ਪਰ ਇੱਦਾਂ ਮਤਲਬ ਕਿ ਸਵਾਦ ਆ 10 ਵਿੱਚੋਂ 7 ਨੰਬਰ ਜਿਹੜੇ ਆਲੂ ਆ ਬਹੁਤ ਜ਼ਿਆਦਾ ਸਵਾਦ ਆ ਪਰ ਇਹ ਜਿਹੜੀ ਬਾਹਰਲੀ ਲੇਅਰ ਆ ਉਹ ਥੋੜ੍ਹੀ ਨਾ ਉਹਨਾਂ ਨੇ ਓਵਨ 'ਚ ਰੱਖਿਆ ਥੋੜ੍ਹੀ ਦੇਰ ਤਾਂ ਕਰਕੇ ਥੋੜ੍ਹੀ ਇੱਦਾਂ ਦੀ ਹੋ ਗਈ ਹੈ ਇਹ ਜਿਹੜੀ ਇੰਡੀਅਨ ਸ਼ੋਪ ਸੀ ਇਹ ਹੈਗੀ ਸੀ ਜੀ ਕੋਗਰਾ ਅਤੇ ਹੁਣ ਆਪਾਂ ਜਾ ਰਹੇ ਹਾਂ ਕੇ ਮਾਰਟ ਇੱਕ ਚੀਜ਼ ਹੈਗੀ ਯਾਰ ਕਾਫੀ ਜਾਣੇ ਦਿਮਾਗ 'ਚ ਆਉਂਦਾ ਹੋ ਕਿ ਇਹ ਸਮੋਸੇ ਦਾ ਪ੍ਰਾਈਜ਼ ਕਿੰਨਾ ਵਾ ਇਹ ਸਮੋਸਾ ਹੈਗਾ ਇੱਥੇ $3 ਦਾ ਜੇ ਇੰਡੀਆ ਦੇ ਹਿਸਾਬ ਨਾਲ ਦੱਸਾਂ ਤਾਂ 160 ਰੁਪਏ ਦਾ ਹੁਣ ਤੁਸੀਂ ਜੇ ਕੰਪੈਰੀਜ਼ਨ ਕਰੋਗੇ ਇੱਥੋਂ ਦੇ ਹਿਸਾਬ ਨਾਲ ਉਹ ਤਾਂ ਫਿਰ ਤਾਂ ਠੀਕ ਹੈ ਜੇ ਇੰਡੀਆ ਦੇ ਹਿਸਾਬ ਨਾਲ ਕਰੋਗੇ ਤਾਂ ਉਹ ਤਾਂ ਤੁਹਾਨੂੰ ਬਹੁਤ ਲੱਗੂਗਾ ਕਿ ਇੰਨੇ 'ਚ ਤਾਂ 10-20 ਸਮੋਸੇ ਆਏ ਨੇ ਹਨਾ ਪਰ ਜਿਹੜਾ ਇੱਥੋਂ ਦਾ ਡਾਲਰ ਆ ਉਹ ਇੱਥੋਂ ਦੇ ਹਿਸਾਬ ਨਾਲ 1 ਰੁਪਈਆ ਵਾ ਇੰਡੀਆ ਨਾਲ ਹਰ ਇੱਕ ਚੀਜ਼ ਆਪਾਂ ਕੰਪੇਅਰ ਨਹੀਂ ਕਰ ਸਕਦੇ ਹੁਣ ਆ ਸਮੋਸਾ ਮਕਾਉਂਦੇ ਹਾਂ ਅਤੇ ਫਿਰ ਚੱਲਦੇ ਹਾਂ ਆਪਾਂ ਕੇ ਮਾਰਟ ਜਾ ਹੀ ਰਹੇ ਹਾਂ ਆਪਾਂ ਕੇ ਮਾਰਟ ਵੱਲ ਨੂੰ ਅਤੇ ਗਾਈਸ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਸਾਊਥ ਗੇਟ ਕੇ ਮਾਰਟ ਇੱਥੇ ਵੀ ਕੋਲਸ ਹੈਗਾ ਵਾ ਅਤੇ ਵੋਲਵਰਸ ਵੀ ਹੈਗਾ ਵਾ ਹੁਣ ਅਸੀਂ ਆ ਗਏ ਹਾਂ ਜੀ ਕੇ ਮਾਰਟ ਆਹ ਪੱਖਾ ਲੈਣਾ ਆਪਾਂ ਕੀ ਇਹ ਹੈਗਾ ਵਾ ਜੀ $17 ਦਾ ਆ ਦੇਖੋ ਇੱਦਾਂ ਕਰਦੇ ਹਾਂ ਜਿਹੜਾ ਉੱਤੇ ਪਿਆ ਉਹ ਨਹੀਂ ਲੈਣਾ ਆਪਾਂ ਫਰੈਸ਼ ਕਿਹਦੇ ਲੈਣਾ ਫਰੈਸ਼ ਇੱਥੇ ਕੇ ਮਾਰਟ 'ਚ ਆਈਟਮਾਂ ਸਸਤੀਆਂ ਹੁੰਦੀਆਂ ਨੇ ਹੈ ਨਾ ਬਾਕੀ ਸਟੋਰਾਂ ਨਾਲੋਂ ਕੇ ਮਾਰਟ ਥੋੜ੍ਹਾ ਚੀਪ ਆ ਜਿੱਦਾਂ ਇਲੈਕਟ੍ਰੋਨਿਕ ਚੀਜ਼ਾਂ ਲੈਣੀਆਂ ਥੋੜ੍ਹੀਆਂ ਬਹੁਤੀਆਂ ਇੱਦਾਂ ਘਰ ਦੀਆਂ ਲੈਣੀਆਂ ਇਹ ਆਪਾਂ ਕੇ ਮਾਰਟ ਤੋਂ ਲੈ ਲਈ ਦੀਆਂ ਕੱਪੜੇ ਵਗੈਰਾ ਨਹੀਂ ਕੱਪੜੇ ਨਹੀਂ ਸਾਡੇ ਕੱਪੜੇ ਵੈਸੇ ਇੱਥੇ ਹੁੰਦੇ ਆ ਪਰ ਕੱਪੜੇ ਜ਼ਿਆਦਾ ਖਾਸ ਨਹੀਂ ਹੁੰਦੇ ਵਧੀਆ ਨਹੀਂ ਹੁੰਦੇ ਇੱਕ ਦੋ ਵਾਰੀ ਪਾਇਆ ਖਰਾਬ ਹੋ ਜਾਂਦੇ $4 ਟੀ ਸ਼ਰਟ $4 ਦੀਆਂ ਲੱਗੀਆਂ ਹੋਈਆਂ ਨੇ ਇੱਥੇ ਆ ਦੇਖਿਓ $12 $4.5 $8 $12 ਇੱਕ ਗੱਲ ਮੈਂ ਛੋਟੀ ਜਿਹੀ ਦੱਸਣਾ ਚਾਹੁੰਦਾ ਦੇਖੋ ਸਸਤੇ ਤੋਂ ਮਹਿੰਗਾ ਤਾਂ ਦੁਨੀਆ ਸਾਰਾ ਕੁਛ ਆ ਬਟ ਜੇ ਕੋਈ ਸਟੂਡੈਂਟ ਆਉਂਦਾ ਆ ਜਾਂ ਮੈਂ ਕਾਫੀ ਸਾਲਾਂ ਪਹਿਲਾਂ ਜਦੋਂ ਆਇਆ ਸੀ ਜੇ ਤੁਸੀਂ ਘਰ ਰੈਂਟ ਤੇ ਵੀ ਲਿਆ ਹਨਾ ਤੁਸੀਂ ਆਪਣਾ ਸਾਰਾ ਘਰ ਜਿਹੜਾ ਸਮਾਨ ਹੁੰਦਾ ਆ ਸਾਨੂੰ ਬੈੱਡ ਚਾਹੀਦਾ ਪੱਖਾ ਚਾਹੀਦਾ ਤੁਸੀਂ ਕੇ ਮਾਰਟ ਤੋਂ ਆਪਣਾ ਘਰ ਚੀਪ ਪ੍ਰਾਈਸ ਦੇ ਵਿੱਚ ਬਿਲਡ ਕਰ ਸਕਦੇ ਸਾਰਾ ਜੇ ਤੁਸੀਂ ਟੋਸਟ ਕਰਨ ਵਾਲਾ ਲੈਣਾ ਤੁਹਾਨੂੰ ਇੰਡੀਆ ਦੇ ਪ੍ਰਾਈਸ 'ਚ ਮਿਲ ਜੂਗਾ $7 ਦਾ ਦੇਖੋ ਸਿਰਫ $7 ਦਾ ਬਾਈ ਇਹ ਟੋਸਟਰ ਤੁਸੀਂ $500 ਤੱਕ ਵੀ ਲੈ ਸਕਦੇ ਆ ਮਤਲਬ ਬਾਹਰ ਆਪਣੀ ਖੁਆਇਸ਼ ਬਟ ਇਦਾਂ ਯਾਰ ਵੇਖੋ ਆ ਪੱਖੇ ਦਾ ਜਰਾ ਕੰਮ ਤਾਂ ਹੈ ਨਹੀਂ ਜਿੱਦਣ ਗਰਮੀ ਲੱਗੀ ਉਦੋਂ ਯੂਜ਼ ਕਰਿਆ ਕਰਾਂਗੇ ਵੈਸੇ ਤਾਂ ਮੌਸਮ ਇੱਕ ਆਪਣੇ ਦੇ ਨਾਲ ਲੱਗ ਜਿਹੜਾ ਵਾ ਉੱਪਰ ਥੱਲੇ ਰਹਿੰਦਾ ਇੱਕ ਹੈਗਾ ਆਲਰੇਡੀ ਤੇ ਇੱਕ ਆਪਾਂ ਨਵਾਂ ਲੈ ਲਿਆ ਹੋਇਆ ਵਾ ਸੋ ਅਸੀਂ ਦੱਸ ਰਹੇ ਕਿ ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਆ ਰਿਹਾ ਇੱਥੇ ਆਸਟ੍ਰੇਲੀਆ ਵਿੱਚ ਤਾਂ ਕੇ ਮਾਰਟ 'ਚ ਸ਼ੋਪਿੰਗ ਕਰੋ ਇੱਥੇ ਚੀਜ਼ਾਂ ਕਾਫੀ ਸਸਤੀਆਂ ਜਿਵੇਂ ਆ ਦੇਖੋ ਆ ਇੱਥੇ ਆਇਆ ਲੱਗੀ ਹੋਈ ਆ $12 ਦੀ ਤੁਸੀਂ ਪ੍ਰੈਸ $7 ਦੀ ਲੈ ਸਕਦੇ ਵਾਟਰ ਪਾ ਕੇ ਵੇ ਸਟੀਮ ਵਾਲੀ ਹੋਰ ਕੀ ਚਾਹੀਦਾ ਕਿੰਨੀ ਸਸਤੀ ਹੈ ਵੇ ਲੋ ਇੰਡੀਆ ਦੇ 350-400 ਰੁਪਏ ਦੀ ਸਿਰਫ ਆ ਦੇਖੋ ਬੜਾ ਸਮਾਨ ਹੈ ਇੱਥੇ ਵੈਕਿਊਮ ਵੀ ਹੈਗੇ ਆ ਇੱਧਰ ਆ ਦੇਖੋ ਆ ਛੋਟੇ ਮੈਟਲ ਬੈਂਚ ਫੈਨ ਵੀ ਹੈਗੇ ਆ ਅਤੇ ਗਾਇਸ ਹੁਣ ਆਪਾਂ ਵਾਪਸ ਆ ਚੁੱਕੇ ਜੀ ਇੰਡੀਅਨ ਸ਼ੋਪ ਤੋਂ ਅਤੇ ਫੈਨ ਲੈ ਕੇ ਅਤੇ ਕੋਲਸ ਆਪਾਂ ਜਾਂਦੇ ਥੋੜ੍ਹੀ ਦੇਰ ਰੁਕ ਕੇ ਅਤੇ ਇੱਕ ਆਪਾਂ ਲਿਆਉਂਦੇ ਆ ਬਾਸਮਤੀ ਰਾਈਸ ਇਹ ਪਏ ਆ ਜੀ ਬਾਸਮਤੀ ਰਾਈਸ ਇਹਦੇ ਵਿੱਚ ਕਿੱਥੇ ਕਰਕੇ ਆ ਉੱਪਰ ਕਟੂੰਬਾ ਕਟੂੰਬਾ ਆ ਦੇਖੋ ਸਾਢੇ ਬਾਰਾਂ ਕਟੂੰਬਾ ਐਵਰੀਡੇ 5 KG ਰਾਈਸ ਇਹ ਸਾਰਾ ਬਿੱਲ ਹੈਗਾ ਜੀ ਇੰਡੀਅਨ ਸ਼ੋਪ ਦਾ ਅਤੇ ਕੋਲਸ ਜੇ ਆਪਾਂ ਸ਼ੋਪਿੰਗ ਕਰਾਂਗੇ ਉੱਥੇ ਆਊਗਾ $100 ਦੇ ਵਿੱਚ ਕਾਫੀ ਸਾਰਾ ਸਮਾਨ ਅਤੇ ਇੰਡੀਅਨ ਸ਼ੋਪ ਤੋਂ $50 ਦਾ ਦੇਖ ਲਓ ਸਿਰਫ ਆਹ ਸਮਾਨ ਆਇਆ ਵਾ ਇਹ ਹੈਗੇ ਟੋਸਟ ਬ੍ਰਿਟੈਨੀਆ ਦੇ ਆ ਦੇਖੋ ਇਹ ਆਏ ਜੀ $8 ਦੇ ਅਤੇ ਇੱਧਰ ਆ ਰੋਸਟਡ ਚਨਾ ਅਤੇ ਇਹ ਹੈ ਜੀ ਅਰਬੀ ਨਾਲ ਆਪਾਂ ਲਿਆਂਦਾ ਜੀ ਆ ਨਾਨਕ ਦੇਸੀ ਘਿਓ ਅਤੇ ਇੱਧਰ ਫੈਨੀਆਂ ਦੁੱਧ ਵਾਲੀਆਂ ਫੈਨੀਆਂ ਇਹ ਸਾਰਾ ਬਿੱਲ ਹੈ ਜੀ ਜਿਹੜਾ ਆਪਾਂ ਇੰਡੀਅਨ ਗਰੋਸਰੀ ਸਟੋਰ ਤੋਂ ਸਮਾਨ ਲੈ ਕੇ ਆਏ ਹਾਂ ਇਹ ਟੋਟਲ ਆਇਆ $51 ਦਾ ਆ ਦੇਖੋ ਓਬਵੀਅਸਲੀ ਇੰਡੀਅਨ ਸਟੋਰ ਤੋਂ ਤਾਂ ਸਮਾਨ ਮਹਿੰਗਾ ਮਿਲਣਾ ਕਿਉਂਕਿ ਇੰਪੋਰਟ ਹੁੰਦਾ ਵਾ ਫਿਰ ਉਹਨਾਂ ਨੇ ਆਪਣਾ ਪ੍ਰੋਫਿਟ ਵੀ ਰੱਖਣਾ ਵਾ ਟੈਕਸ ਪੈਂਦਾ ਇਹਨੂੰ ਥੋੜ੍ਹਾ ਜਿਹਾ ਕਸਟਮ ਵੀ ਪੈਂਦਾ ਸਾਰੀ ਚੀਜ਼ਾਂ ਵਾ ਇੱਕ ਮਿਠਾਈ ਵੀ ਲਿਆਂਦੀ ਆ ਚਾਰ ਪੀਸ ਨੇ ਉਹ ਚਾਰ ਪੀਸ $4 ਦੇ ਆਏ ਨੇ ਉਹ ਇੱਦਾਂ ਕਿਲੋ ਦੇ ਹਿਸਾਬ ਨਾਲ ਕਿੰਨੇ ਪਰ ਕਿਲੋ ਲਾਇਆ ਮਤਲਬ ਉਹ ਮਿਕਸ ਤੁਸੀਂ ਕੋਈ ਵੀ ਲਾ ਸਕਦੇ $30 ਪਰ ਕਿਲੋ ਇਹ ਥੋੜ੍ਹਾ ਜਿਹਾ ਇੱਥੇ ਮਹਿੰਗਾ ਜੇ ਆਪਾਂ ਇੰਡੀਅਨ ਸਾਈਡ ਜਾਈਏ ਉੱਥੇ ਤੁਹਾਨੂੰ $20 ਦੇ ਕਿਲੋ ਮਿਠਾਈ ਮਿਲ ਜਾਂਦੀ ਓਕੇ ਸੋ ਆਹ ਮਿਠਾਈ ਲਿਆਂਦੀ ਆਪਾਂ ਸੋ 2-4 ਪੀਸ ਹੀ ਲਿਆਂਦੇ ਆ ਅਤੇ ਆਹ ਸਾਰਾ ਸਮਾਨ ਆ ਜਿਹੜਾ ਆਪਾਂ ਇੰਡੀਅਨ ਸ਼ੋਪ ਤੋਂ ਲਿਆਂਦਾ ਵਾ ਅਤੇ ਬਾਕੀ ਦੀ ਆਪਾਂ ਗਰੋਸਰੀ ਕਰਾਂਗੇ ਕੋਲਸ ਤੋਂ ਹੁਣ ਟਰਾਈ ਕਰਦੇ ਹਾਂ ਜੀ ਇੱਥੋਂ ਦੀ ਮਿਠਾਈ ਮੈਂ ਖਾਧੀ ਮੈਨੂੰ ਸਵਾਦ ਲੱਗੀ ਚੈੱਕ ਕਰੋ ਉਹਦਾ ਇਹ ਚੋਕਲੇਟ ਬਰਫੀ ਆ ਚੋਕਲੇਟ ਬਰਫੀ ਸਵਾਦ ਹੈ ਇਹ ਤੁਹਾਨੂੰ ਸਵਾਦ ਆ ਹੁਣ ਕਰਦੇ ਜੀ ਆਪਾਂ ਆਪਣੇ ਇਸ ਫੈਨ ਨੂੰ ਅਸੈਂਬਲ ਪੈਡੈਸਟਲ ਫੈਨ
ਇਹ ਸਿਰਫ ਆਇਆ ਜੀ $17 ਦਾ। ਆ ਚੈੱਕ ਕਰੋ ਕਿੰਨੇ ਪੀਸ ਹੈ ਇਹਦੇ ਚ। ਆ ਚੈੱਕ ਕਰੋ ਆ ਇਹਦੀ ਮੋਟਰ। ਆ ਸੀ ਜੀ ਡੱਬਾ ਵਿੱਚੋਂ ਆ ਨਿਕਲਿਆ ਸਾਰਾ ਕੁਛ। ਸੋ ਹੁਣ ਅਸੈਂਬਲ ਕਰਦੇ ਹਾਂ ਜੀ। ਮੇਨ ਚੀਜ਼ ਇਹ ਹੈ ਇਹਦੀ। ਅਤੇ ਹੁਣ ਚਲੋ ਤੁਸੀਂ ਇੰਜੋਏ ਕਰੋ ਟਾਈਮ ਲੈਪਸ, ਅਤੇ ਆਪਾਂ ਇਹਨੂੰ ਸਾਰੇ ਪੱਖੇ ਨੂੰ ਅਸੈਂਬਲ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਸੋ ਫਾਈਨਲੀ ਗਾਈਸ ਆਪਣਾ ਜਿਹੜਾ ਫੈਨ ਸੀ ਉਹ ਅਸੈਂਬਲ ਹੋ ਚੁੱਕਿਆ ਜੀ। ਤੁਸੀਂ ਦੇਖ ਸਕਦੇ ਹੋ 10 ਮਿੰਟ ਲੱਗੇ ਆ ਬਸ, ਅਤੇ ਹੁਣ ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ। ਚਲੋ ਇਹ 'ਚ 3-4 ਮੋਡ ਹੈਗੇ ਨੇ, ਪਰ ਹਵਾ ਹਵਾ ਵੀ ਜਿਹੜੀ ਠੀਕ ਚੱਲ ਰਿਹਾ ਇਹ ਹੋ ਗਿਆ ਖਰਾਬ। ਇਹ ਤਾਂ ਖਰਾਬ ਹੋ ਗਿਆ ਯਾਰ, ਚੱਲਿਆ ਨਹੀਂ ਤੇ ਮਾਰਕੀਟਪਲੇਸ ਤੇ ਵੇਚਣਾ ਜੀ। ਪਰ ਹਵਾ ਦਾ ਪੱਖਾ ਵੀ ਸਹੀ ਹੈ ਯਾਰ, ਹਵਾ ਵੀ ਇਹਦੀ ਸਹੀ ਆ। ਓਕੇ ਆ, ਕਿਉਂਕਿ ਇੱਥੇ ਇੰਨੀ ਜ਼ਿਆਦਾ ਗਰਮੀ ਵੀ ਨਹੀਂ ਹੁੰਦੀ ਕਿ ਤੁਹਾਨੂੰ ਬਹੁਤ ਜ਼ਿਆਦਾ ਹਵਾ ਦੀ ਲੋੜ ਆ। ਨੋਰਮਲ ਕਿਉਂਕਿ ਅੱਜ ਦੇਖ ਲਓ ਗਰਮੀਆਂ ਦੇ ਵਿੱਚ ਸਿਰਫ 28 ਡਿਗਰੀ ਆ, ਮਤਲਬ ਕਿ ਇੰਨੀ ਜ਼ਿਆਦਾ ਗਰਮੀ ਰਾਤ ਨੂੰ ਥੋੜ੍ਹੀ ਥੋੜ੍ਹੀ ਗਰਮੀ ਲੱਗਦੀ ਆ। ਸੋ ਇਹ ਸਹੀ ਚੀਜ਼ ਆ, ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਆ ਰਿਹਾ ਵਾ ਸੋ ਇਹ ਵੀ ਕੇਮਾਰਟ 'ਚ ਜਾ ਕੇ ਸ਼ੋਪਿੰਗ ਕਰ ਸਕਦਾ ਵਾ। ਸੁਣ ਲਓ ਡਨ, ਹੁਣ ਆ ਸਾਰਾ ਜਿਹੜਾ ਖਲਾਰਾ ਪਿਆ ਹੋ ਚੁੱਕੀ ਹੈ। ਸਾਂਭੀਏ ਜਿਨ੍ਹਾਂ ਦੇ ਵੀ ਕੁਛ ਨਹੀਂ ਇੰਡੀਅਨ ਗਰੋਸਰੀ ਸਟੋਰ ਨੂੰ ਲੈ ਕੇ, ਹੋ ਸਕਦਾ ਕਿ ਇਸ ਲੋਕ ਦੇ ਵਿੱਚ ਸਾਰੇ ਕਲੀਅਰ ਹੋ ਗਏ ਹੋਣ। ਅਤੇ ਚਲੋ ਅੱਜ ਦੇ ਵਲੋਗ ਨੂੰ ਵਾਇਰਲ ਕਰਦੇ ਆ। ਹੋਪ ਕਰਦੇ ਕਿ ਤੁਹਾਨੂੰ ਵਲੋਗ ਵਧੀਆ ਲੱਗਾ, ਜੇ ਵਧੀਆ ਲੱਗਾ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਕੇ ਜਾਇਓ, ਅਤੇ ਮਿਲ ਤੁਹਾਨੂੰ ਅਗਲੇ ਵਲੋਗ 'ਚ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਥੱਲੇ ਲਾਲ ਕਲਰ ਬਟਨ ਆ, ਵਲੋਗ ਬੰਦ ਹੁੰਦਿਆਂ ਹੀ ਲਾਲ ਕਲਰ ਦਾ ਬਟਨ ਪ੍ਰੈਸ ਕਰ ਦਿਓ ਸਬਸਕ੍ਰਾਈਬ, ਤਾਂ ਕਿ ਤੁਹਾਨੂੰ ਅਗਲੇ ਵਲੋਗ ਦੀ ਨੋਟੀਫਿਕੇਸ਼ਨ ਮਿਲ ਜੇ। ਟਿਲ ਦੈਨ ਬਾਏ, ਟੇਕ ਕੇਅਰ, ਰੱਬ ਰੱਖਾ।